ਲੁਧਿਆਣਾ ਦੇ ਜਗਰਾਓਂ ਸਿੱਧਵਾਂ ਬੇਟ ਵਿੱਚ ਪੁਲਿਸ ਸਟੇਸ਼ਨ ਦੇ ਪਿੱਛੇ ਬਣੀ ਕਾਲੋਨੀ 'ਚ ਰਹਿਣ ਵਾਲੇ ਪੁਲਿਸ ਮੁਲਾਜ਼ਮ ਬਲਜਿੰਦਰ ਸਿੰਘ ਦੇ ਘਰ 'ਚ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਲੁਟੇਰੇ ਪੁਲਿਸ ਮੁਲਾਜ਼ਮ ਦੇ ਘਰ 'ਚੋਂ 3 ਤੋਲੇ ਸੋਨਾ, ਕੁਝ ਨਕਦੀ, 2 ਰਿਵਾਲਵਰ ਅਤੇ 4 ਪਾਸਪੋਰਟ ਚੋਰੀ ਕਰਕੇ ਲੈ ਗਏ। ਉੱਥੇ ਮੌਕੇ 'ਤੇ ਪੁਲਿਸ ਅਧਿਕਾਰੀ ਰੁਪਿੰਦਰ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ CCTV ਖੰਗਾਲ ਰਹੇ ਹਨ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਨਹੀਂ ਜੀ, ਕੋਈ ਪਤਾ ਨਹੀਂ ਚੱਲਿਆ। ਅਸੀਂ ਗਏ ਸੀਗੇ ਦਵਾਈ ਲੈਣ ਅਤੇ ਜਦੋਂ 2 ਵਜੇ ਆਏ ਹਾਂ ਅਤੇ ਆ ਕੇ ਦੇਖਿਆ ਸਾਰਾ ਸਮਾਨ ਖਿਲ ਰਿਹਾ ਪਿਆ ਅਤੇ ਹਾਂਜੀ ਘਰੇ ਕੋਈ ਨਹੀਂ ਸੀ। ਬੇਟਾ ਨਹੀਂ, ਬੇਟੀ ਡਿਊਟੀ ਚਲੀ ਗਈ। ਉਹ ਦਵਾਈ ਲੈਣ ਅਸੀਂ ਚਲੇ ਗਏ, ਜਿਕਰਮ ਬਿਮਾਰ ਸੀਗਾ, ਦਵਾਈ ਲੈਣ ਚਲੇ ਗਏ ਅਤੇ ਫਿਰ ਆਉਂਦਿਆਂ 2 ਵਜੇ ਦੇਖਿਆ ਜਦੋਂ ਕੁਛ ਪਤਾ ਲੱਗਿਆ ਕੀ ਨੁਕਸਾਨ ਹੋਇਆ ਘਰੇ ਜੀ? ਹਾਂਜੀ, ਸੋਨਾ ਸਾਨਾ ਸੀ ਜੀ, ਹੋਊਗਾ 3-4 ਤੋਲੇ, ਬਾਕੀ 2 ਰਿਵਾਲਵਰ ਸੀਗੇ ਅਤੇ ਪੈਸੇ ਸੀਗੇ 7-8 ਹਜ਼ਾਰ ਹੋਊਗਾ, ਪਤਾ ਨਹੀਂ ਕਿੰਨਾ। ਪਾਸਪੋਰਟ ਸੀ 4, 4.5 ਦੇ। ਬੱਚਾ ਨਾ ਬਾਹਰ ਤੇ ਉਹ ਪਿੱਛੋਂ ਕੋਈ ਨਾਮਲੂ ਵਿਅਕਤੀ ਘਰ ਦਾ ਤਾਲਾ ਤੋੜ ਕੇ ਘਰੋਂ ਚੋਰੀ ਕਰ ਲਿਆ। ਜਿਹਦੇ ਮੌਕੇ ਤੇ ਆਏ ਆ, ਪੜਤਾਲ ਕਰਦੇ ਆ, ਜੋ ਵੀ ਕਾਰਵਾਈ ਹੈ ਉਹ ਕਰਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।